ਫਾਜ਼ਿਲਕਾ ਦੇ ਵਿਕਾਸ ਦੇ ਲਈ ਗ੍ਰਾਂਟ ਦੇਣ ਦੀ ਮੰਗ ਨੂੰ ਲੈ ਕੇ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਚੰਡੀਗੜ੍ਹ ਹੋਏ ਰਵਾਨਾ। ਸੋਸ਼ਲ ਮੀਡੀਆ ਇੰਚਾਰਜ ਰਾਜ ਸਿੰਘ ਨੱਥੂ ਚਿਸ਼ਤੀ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਫਾਜ਼ਿਲਕਾ ਦੇ ਵਿਕਾਸ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਹੇ ਹਨ। ਉਹਨਾਂ ਵੱਲੋਂ ਲਗਾਤਾਰ ਚੰਡੀਗੜ੍ਹ ਜਾ ਕੇ ਗ੍ਰਾਂਟ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਫਾਜ਼ਿਲਕਾ ਦਾ ਵਿਕਾਸ ਤੇਜ਼ੀ ਦੇ ਨਾਲ ਕਰਵਾਇਆ ਜਾ ਸਕੇ। ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਕੁਬਾਇਆ ਦੇ ਸੋਸ਼ਲ ਮੀਡੀਆ ਇੰਚਾਰਜ ਰਾਜ ਸਿੰਘ ਨੱਥੂ ਚਿਸ਼ਤੀ ਨੇ ਦੱਸਿਆ ਕਿ ਅੱਜ ਤੜਕੇ ਹੀ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਚੰਡੀਗੜ੍ਹ ਰਵਾਨਾ ਹੋਏ ਹਨ ਅਤੇ ਗ੍ਰਾਂਟ ਦੇ ਗੱਫੇ ਲੈ ਕੇ ਜਲਦੀ ਉਹ ਵਾਪਸ ਲੋਟਣਗੇ। ਉਹਨਾਂ ਨੇ ਕਿਹਾ ਕਿ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਵੱਲੋਂ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ ਜੋ ਕੰਮ ਬਕਾਇਆ ਹਨ ਉਹਨਾਂ ਨੂੰ ਜਲਦੀ ਪੂਰਾ ਕਰਵਾਇਆ ਜਾਏਗਾ। ਅੱਜ ਸਵੇਰੀ ਫਾਜ਼ਿਲਕਾ ਤੋਂ ਸਾਡੇ ਵਿਧਾਇਕ ਜੀ ਚੰਡੀਗੜ੍ਹ ਗਏ। ਉਹ ਲਗਾਤਾਰ ਫਾਜ਼ਿਲਕਾ ਦੇ ਮੁੱਦਿਆਂ ਨੂੰ ਚੰਡੀਗੜ੍ਹ ਵਿਖੇ ਕੈਬਨਿਟ 'ਚ ਜਾ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਉਠਾਉਂਦੇ ਆ ਅਤੇ ਗ੍ਰਾਂਟਾਂ ਦੀ ਮੰਗ ਕਰ ਰਿਹਾ। ਜਿਹੜੇ ਜਲਦੀ ਹੀ ਜਿਹੜੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਚੱਲ ਰਿਹਾ ਉਹਦੀ ਸੁਗਾਤ ਵਾਸਤੇ ਬਹੁਤ ਵੱਡੇ ਗੱਫੇ ਲੈ ਕੇ ਜਲਦੀ ਆਉਣਗੇ। ਬਾਂਸਲ ਜੀ, ਤੁਸੀਂ ਦੇਖ ਹੀ ਰਹੇ ਹੋ ਪਿੰਡਾਂ ਸ਼ਹਿਰਾਂ ਦੇ ਵਿੱਚ ਪੂਰਾ ਵਿਕਾਸ ਦੀ ਜਿਹੜੀ ਹਨੇਰੀ ਪੂਰੀ ਚੱਲੀ ਹੋਈ ਹੈ। ਹਰੇਕ ਵਾਰਡ ਦੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਦੀ ਜਿਹੜੀ ਉਸਾਰੀ ਦੇ ਅਧੀਨ ਚੱਲੇ ਹੋਏ ਹੈ। ਪਿੰਡਾਂ ਦੇ ਵਿੱਚ ਵੀ ਵੇਖਿਆ ਜਾਵੇ ਅਤੇ ਪਿੰਡਾਂ ਦੇ ਵਿੱਚ ਜਿੰਮਾਂ, ਸਟੇਡੀਅਮ, ਪਾਰਕਾਂ, ਗਲੀਆਂ ਨਾਲੀਆਂ ਦਾ ਕੰਮ ਪੂਰੇ ਜ਼ੋਰਾਂ ਸ਼ੋਰ 'ਤੇ ਚੱਲ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹਦਾ ਰਿਜ਼ਲਟ ਤੁਸੀਂ ਖੁਦ ਹੀ ਵੇਖੋਗੇ।